ਵਾਹਿਗੁਰੂ ਸਾਹਿਬ ਜੀ ਬਿਸ਼ਨ ਪਦ ਪੁਨਿਆਕੀ ਸੁਰ ਬੰਗਲਾ ਬਹੁ ਹੁਲਾਸੀ ਬਖਸ਼ਿਸ਼ ਹਜੂਰ ਤਵਾ ਬਲ ਦੋਨੋ ਦੀਗੇ ਬਿਵੇਕ ਭੱਟ ਅਬਿਵੇਕ ਜੋਧਾ ਰੋਸਿਤ ਸੰਗਰਾਮ ਮੱਦੇ ਕ੍ਰੁਧਿਤ ਬਸੇਖ ਸ਼ੇ ਸਾਰੰਗ ਖੜਗ ਬਾਣ ਧਾਰੀ ਪ੍ਰਬਲ ਦੋ ਦਿਸ ਬਾਨਾਵਲੀ ਕਰੀ ਸ਼ੇ ਤਾਰੇ ਸਕਲ ਵਿਧੀ ਲੇਖ ਸ਼ੇ ਦੋਨੋ ਦੀਗੇ ਬਿਵੇਕ ਭੱਟ ਅਬਿਵੇਕ ਜੋਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੰਗਲਾ ਬੰਗਲੀ ਰਾਗਣੀ ਦੀ ਸੁਰ ਮਿਲਾ ਕਰਕੇ ਬਹੁ ਹੁਲਾਸੀ ਰਾਗ ਦੇ ਨਾਲ ਪੁਨਿਆਕੀ ਨੂੰ ਮਿਲਾ ਕਰਕੇ ਗਾਉਣ ਦਾ ਹੁਕਮ ਕਰਦੇ ਪਏ ਨੇ। ਬਹੁ ਹੁਲਾਸੀ ਦੇ ਉੱਪਰ ਦੋ ਡੰਡੇ ਨੇ, ਅੱਗੇ ਬਖਸ਼ਿਸ਼ ਹਜ਼ੂਰ ਇੱਥੇ ਵਿਸ਼ਰਾਮ ਹੈ ਤਵਾ ਬਲ। ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਤੇਰੀ ਬਖਸ਼ਿਸ਼ ਦੇ ਨਾਲ ਤੇਰੇ ਬਲ ਦੇ ਨਾਲ ਕਥਨ ਕਰਦੇ ਹਾਂ। ਦੋਨੋ ਦੀਕੇ ਬਿਵੇਕ ਭੱਟ ਅਬਿਵੇਕ ਜੋਧਾ। ਮਹਾਰਾਜ ਕਲਗੀਧਰ ਜੀ ਕਹਿੰਦੇ ਨੇ, ਦੋਨੋ ਨਾਮ ਦੋਨਾਂ ਹੀ ਦਿਸ਼ਾਵਾਂ ਦੇ ਜਿਹੜੇ ਸੂਰਮੇ ਨੇ, ਉਹਨਾਂ ਨੇ ਤੀਰ ਆਦਿਕ ਸ਼ਸਤਰ ਦੀਗੇ ਮਣੇ ਦਾਗੇ ਨੇ ਚਲਾਏ ਨੇ। ਬਿਵੇਕ ਅਤੇ ਅਬਿਵੇਕ ਦੋਨਾਂ ਹੀ ਸੂਰਮਿਆਂ ਦੇ ਅੱਗੇ ਜਿਹੜੇ ਯੋਧੇ ਨੇ ਸੂਰਮੇ ਨੇ, ਉਹਨਾਂ ਨੇ ਤੀਰ ਆਦਿਕ ਚਲਾਏ ਹਨ। ਰੋਸਿਤ ਸੰਗਰਾਮ ਮੱਦੇ ਕ੍ਰੁਧਿਤ ਬਸੇਖ ਸ਼ੇ। ਮਹਾਰਾਜ ਕਲਗੀਧਰ ਜੀ ਕਹਿੰਦੇ, ਜੰਗ ਦੇ ਮੈਦਾਨ ਦੇ ਵਿੱਚ ਰੋਸਿਤ ਗੁੱਸੇ ਦੇ ਸਮੇਤ ਹੋਏ ਨੇ। ਕ੍ਰੋਧਿਤ ਬਸੇਖ ਸ਼ੇ, ਛੇ ਨਾਮ ਹੈ ਦਾ ਹੈ, ਬਸੇਖ ਬਹੁਤੇ ਕ੍ਰੁਧਿਤ ਕ੍ਰੋਧ ਦੇ ਵਿੱਚ ਹੋਏ ਹਨ। ਸਾਰੰਗ ਖੜਗ ਬਾਣ ਧਾਰੀ ਪ੍ਰਬਲ। ਸੱਚੇ ਪਾਤਸ਼ਾਹ ਜੀ ਕਹਿੰਦੇ, ਕਿਸੇ ਨੇ ਆਪਣੇ ਹੱਥ ਵਿੱਚ ਧਨਕ ਪਕੜਿਆ ਹੈ, ਕਿਸੇ ਨੇ ਤੀਰ ਪਕੜੇ ਨੇ, ਕਿਸੇ ਦੇ ਕੋਲ ਖੜਗ ਹੈ। ਇੱਦਾਂ ਪ੍ਰਬਲ ਬਲ ਵਾਲੇ ਬਾਣ ਧਾਰੀ ਸੂਰਮੇ ਜੰਗ ਦੇ ਮੈਦਾਨ ਵਿੱਚ ਆ ਕੇ ਅੜੇ ਹਨ। ਦੋ ਦਿਸ ਬਾਨਾਵਲੀ ਕਰੀ ਸ਼ੇ। ਮਹਾਰਾਜ ਕਲਗੀਧਰ ਜੀ ਕਹਿੰਦੇ, ਦੋਨਾਂ ਹੀ ਪਾਸਿਆਂ ਤੋਂ ਤੀਰਾਂ ਦੀਆਂ ਲੜੀਆਂ ਹੀ ਕਰ ਦਿੱਤੀਆਂ ਨੇ, ਭਾਵ ਬਹੁਤੇ ਤੀਰ ਜੰਗ ਦੇ ਮੈਦਾਨ ਵਿੱਚ ਚਲਾਉਣਾ ਕੀਤੇ ਹੈਨ। ਤਾਰੇ ਸਕਲ ਵਿਧੀ ਲੇਖ ਸ਼ੇ। ਹਾਂ, ਵਿਧੀ ਬ੍ਰਹਮੇ ਨੇ ਜੋ ਮੱਥੇ ਦੇ ਉੱਪਰ ਲੇਖਾਂ ਦਾ ਲਿਖਿਆ ਹੈ ਨਾ, ਸਾਰਾ ਹਿਸਾਬ ਕਿਤਾਬ, ਉਹ ਸਾਰਾ ਹਿਸਾਬ ਕਿਤਾਬ ਲੇਖਾਂ ਦਾ ਉਤਾਰ ਦਿੱਤਾ, ਭਾਵ ਬਿਨਾਂ ਲੇਖਾਂ ਤੋਂ ਹੀ ਜੰਗ ਦੇ ਮੈਦਾਨ ਵਿੱਚ ਜਿਹੜਾ ਚੱਲ ਕੇ ਆਇਆ ਉਹਨੂੰ ਮੌਤ ਦੇ ਦਿੱਤੀ। ਲੇਖਾਂ ਦਾ ਹਿਸਾਬ ਕਿਤਾਬ ਕੋਈ ਰਹਿਣ ਹੀ ਨਹੀਂ ਦਿੱਤਾ। ਹਸਤੀ ਬ੍ਰਿਸ਼ਭ ਮਹਿਸ ਸ਼ਾਕ। ਸਤਿਗੁਰੂ ਸਾਹਿਬ ਜੀ ਕਹਿੰਦੇ, ਹਸਤੀ ਹਾਥੀ, ਬ੍ਰਿਸ਼ਭ ਬੈਲ ਤੇ ਮਹਿਸ ਨਾਮ ਝੋਟੇ ਦਾ ਹੈ, ਸ਼ਾਕ ਬੱਕਰੇ ਨੂੰ ਕਹਿੰਦੇ ਨੇ। ਪਾੜਾ ਸਵਾਨ ਸੂਕਰ ਸਸਾ। ਹਾਂ, ਸਸਾ ਨਾਮ ਖਰਗੋਸ਼ ਦਾ ਹੈ, ਸੂਕਰ ਸੂਰ ਦਾ ਨਾਮ ਹੈ, ਸਵਾਨ ਕੁੱਤੇ ਨੂੰ ਕਹਿੰਦੇ ਨੇ ਤੇ ਪਾੜਾ ਕਹਿੰਦੇ ਨੇ ਫਿੱਟੇ ਹੋਏ ਸੂਰ ਨੂੰ। ਸ਼ਿੰਗਾਲ ਭਲਕ ਮਰਕਟ। ਹਾਂ, ਸ਼ਿੰਗਾਲ, ਸ਼ਿੰਗਾਲ ਨਾਮ ਗਿੱਦੜ ਦਾ ਹੈ, ਭਲਕ ਨਾਮ ਰਿੱਛ ਦਾ ਹੈ, ਮਰਕਟ ਬਾਂਦਰ ਨੂੰ ਕਹਿੰਦੇ ਹਨ। ਖਰਗੀ ਆਨਨ ਅਸ਼ੇਖ ਸ਼ੇ। ਇਹ ਖਰਗੀ ਖੋਤੇ ਵਰਗੇ ਆਨਨ ਚਿਹਰੇ ਨੇ, ਅਸ਼ੇਖ ਬਹੁਤਿਆਂ ਦੇ ਸ਼ੇ ਮੈਨੇ ਹੈ ਜੀ। ਇਹ ਮੋਹਨ ਬਾਨ ਸ਼ਾਡੀ ਲੇ ਅਬਿਵੇਕ ਜੋਧਾ। ਹਾਂ, ਅਬਿਵੇਕ ਨਾਮ ਦਾ ਜਿਹੜਾ ਜੋਧਾ ਹੈ, ਇਹਨੇ ਮੋਹਨ ਵਾਲੇ ਪੁਰਸ਼ਿਤ ਕਰਨ ਵਾਲੇ ਤੀਰ ਜੰਗ ਦੇ ਮੈਦਾਨ ਵਿੱਚ ਛੱਡਣਾ ਕੀਤੇ ਨੇ। ਦੰਭ ਮੋਹ ਨਾਰ ਹਿੰਸਾ। ਮਹਾਰਾਜ ਕਹਿੰਦੇ, ਕਿਹੜੇ ਕਿਹੜੇ ਤੀਰ ਨੇ? ਦੰਭ ਹੈ, ਇਸੇ ਤਰ੍ਹਾਂ ਨਾਰੀਆਂ ਦਾ ਮੋਹ, ਹਿੰਸਾ, ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਦੇ ਨੇ। ਲੋਭ ਕ੍ਰੋਧ ਸਮਤ ਵੀਰ ਅਭੇਖ ਸ਼ੇ। ਹਾਂ, ਲੋਭ ਕ੍ਰੋਧ
समत गई एको जे वीर सूरमे ने अपेख गई रूप तो बिना जिन्हों जाके तीर लगते ने गुप्त रूप च बस ओदे अंदर पखंड लोभ क्रोध स्त्रियां दा मोह आदिक छिड़ जांदा ऐ। सुर बंगली विराम भोपाली घोर बाण परलाकार तेज लौ। सतगुरु साहब जी कहंदे ने बहुते भयानक तीर ने परले दा आकार है ते तेज लौ मैंने तेज अलौ तेज दा घर हन जेड़े तीर जंग दे मैदान विच छड़े हन। अब वेख जन नाना रूप रंग। हां अब वेख दे जेड़े जन दास ने उन्हां दे नाना प्रकार दे रूप रंग ने भाव उन्हां दा वखो वखरा प्रभाव है वखो वखरे उन्हां दे रूप ते वखो वखरे रंग ने। जात आनन संघार जात जांदियां ही आनन होरना नू संघार कहिए मारी जांदे ने। कार जार ग्रसहे ताए कार जार लड़ाई दे विच भजदे जांदे ने विवेक दियां सूरमियां नू ग्रसदे होए। तेई डाक बिकराल हे तेई मैंने ओ जिहड़े सूरमे ने अब विवेक दे ओ डाक मैंने बोल के बिकराल भयानक डाक मैंने वंगारदे होए बोलदे होए भयानक आवाजा करदे होए। पावक समान सहायक हां अग दी समान जेडे तीर हन प्रचंड काल रूप मंदो हां जिन्हां दा प्रचंड काल स्वरूप ने ते मंदो मैंने भैड़ा जा जिन्हां दा रूप है ते काल वांगू जेडे प्रचंड हन। पैकर कराल काल भुजंग सतगुरु साहब जी कहंदे जेडे पैकर डराउणे तो कराल डराउणे ने ते काल काले भुजंग सप वर्गे हन। दाड़ मुख बिके हां मूंह दे विच दाड़ा हन बड़ियां भयानक बाहर नूं वधियां होईयां। तुले काल ब्याल ही हां मौत रूपी ब्याल कहिए सप दे तुले कहिए बराबर हन। ए मोहन मायावी बाण हां ए मोहन वाले जां स्त्रियां दा मोह आदिक है जिन्हां दे विच ऐसे कर्मवार जिहड़े तीर ने लोभ क्रोध दंभ आदिक ए मायावी तीर हन। भीम रूप काल द्वितीय चल्यो हां ए भीम रूप भयानक रूप ने ए जंग दे मैदान विच मानो भी दूजा ही काल चलिया दूजी मौत ए तीरां दा रूप धार के चली है। अब वेख काशे आशे हां अब वेख दे काशे सजाए हुए आछे गई चंगे सूरमे जंगी आछे सायक विशाल है जिन्हां दे कोल आछे गई चंगे जंगी सायक तीर विशाल बहुते हन। रोक्यो आवत पथ महाराज कलगीधर जी कहंदे जेड़े आप विवेक दे तीर विवेक दी तरफ नूं जंग दे मैदान विच चलदे आ रहे ने इन्हां नूं आउंदिया ही रस्ते विच रोक लैणा कीता। बाबानन विवेक पटना हां उन्हां तीरां नूं विवेक दियां सूरमियां ने हंस बाण सुख बाण गरुड़ बाण महाराज कलगीधर जी कहंदे ने ब्रह्मा जी दी तरफ तों हंस बाण चलिया है सुखदेव जी की तरफ तो सुखबाण चलिया है गरड़ की तरफ तो गरुड़बाण है इते इसे तरह माता आदि शक्ति की तरफ तो केसरी बाण है सिंहबाण है इदा सर्वबाण श्रीबाण ससबाण ये तीर चले ने विवेक की तरफ तो। तेजिया गुण बाण माल है हां तेजिया मैंने तेज ए गुण वाली बाण की ये तीरां दी माल की ये माला पंक्ति लड़ी चली है जंग दे मैदान विच पूर्वी सुर बंगली दिव्य बाण तेजीलो हां तेजीलो की ये तेज ईलो तेज दा घर प्रकाश वाले जेड़े तीर हन। विवेक सिनानी काशे हां विवेक दी जेड़ी काशे कच्ची होई सजी हुई सेनानी फौज है सेनापति ने उन्होंने ऐसे तीर चलाउणा कीते ने। वीर भलो भलो बाण सतगुरु साहब कहंदे सूरमे भी चंगे ने
ਤੇ ਤੀਰ ਵੀ ਚੰਗੇ ਹਨ। ਮਿਲੇ ਧਾਏ ਸਕਲ ਸਾਰੇ ਮਿਲ ਕਰਕੇ ਭੱਜੇ ਹਨ। ਆਸ਼ਕੀਨ ਬਾਣ ਸ਼ਸਤਰ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੇ ਤੀਰ ਸਨ ਅਬਵੇਕ ਦੇ ਉਹ ਸਾਰੇ ਹੀ ਭੱਜ ਕਰ ਲੈਣਾ ਕੀਤੇ। ਲੀਲਾ ਕੈ ਉਤਾਲ ਹੀ ਹਾਂ ਕੌਤਕ ਕਰਕੇ ਉਤਾਲ ਗਈਏ ਛੇਤੀ ਦੇ ਨਾਲ ਹੀ। ਸਤੋ ਦਇਆ ਧਰਮੋ ਹਾਂ ਸਤੋ ਸੱਚ ਬੋਲਣਾ, ਫਿਰ ਸਤੋ ਸੱਚ ਬੋਲਣਾ ਦਇਆ ਕਰਨੀ ਤੇ ਧਰਮੋ ਮੈਨੇ ਧਰਮ ਨੂੰ ਕਮਾਉਣਾ। ਦਾਨ ਖਿਮਾ ਸੀਲ ਬ੍ਰਤ ਇਸੇ ਤਰ੍ਹਾਂ ਦਾਨ ਗੁਰੂ ਖਾਲਸਾ ਜੀ ਵਿਦਿਆ ਦਾ ਵੀ ਹੁੰਦਾ ਹੈ ਅੰਨ ਦਾ ਵੀ ਹੁੰਦਾ ਹੈ। ਮਨ ਬਾਣੀ ਕਰਮਾਂ ਕਰਕੇ ਦਾਨ ਕਰਨਾ, ਖਿਮਾ ਕਰਨੀ, ਸੀਲ ਠੰਡਾ ਸੁਭਾਵ ਰੱਖਣਾ, ਬ੍ਰਤ ਧਰਮ ਆਦਿ ਕਰਨੇ। ਗਿਆਨ ਗਾਥਾ ਗੁਣਾਨ ਬਾਦ ਫਿਰ ਗਿਆਨ ਫਿਰ ਗਾਥਾ ਕਹਾਣੀਆਂ ਪੜ੍ਹਨੀਆਂ, ਵੱਡਿਆਂ ਦਾ ਇਤਿਹਾਸ ਪੜ੍ਹਨਾ ਗੁਣਾਨ ਬਾਦ ਕਥਾ ਦਾ ਹੀ ਹੈ ਤੇ ਗਾਥਾ ਨਾਮ ਜੋ ਪ੍ਰਭੂ ਦਾ ਵਖਿਆਨ ਹੈ, ਉਹ ਸ਼ਬਦ ਜਿਹਦੇ ਵਿੱਚ ਪ੍ਰਭੂ ਦਾ ਵਖਿਆਨ ਹੋ ਗਿਆ ਉਹਨੂੰ ਗਾਥਾ ਕਹਿੰਦੇ ਨੇ। ਜਿਵੇਂ ਗੁਰੂ ਅਰਜਨ ਦੇਵ ਜੀ ਨੇ ਵੀ ਗਾਥਾ ਲਿਖੀ ਹੈ ਤੋ ਗਾਥਾ ਕਥਾ ਦਾ ਨਾਮ ਹੈ। ਗੁਣਾਨ ਬਾਦ ਵੇਦਾਂ ਦੀਆਂ ਜੋ ਸ਼ਰੂਤੀਆਂ ਪੰਕਤੀਆਂ ਆਦਿਕ ਨੇ। ਵੇਦ ਰਿਚਾ ਸਰੁੱਤ ਭੂਪ ਬਾਨ ਬਾਨ ਕਾਲਾ ਛਾਡੇ ਹਾਂ ਇਸੇ ਤਰ੍ਹਾਂ ਵੇਦਾਂ ਦੀਆਂ ਰਿਚਾ ਤੇ ਸ਼ਰੂਤੀਆਂ। ਰਿਚਾ ਵੀ ਗੁਰੂ ਖਾਲਸਾ ਜੀ ਤੁਗਾ ਨੂੰ ਕਹਿੰਦੇ ਨੇ, ਸ਼ਰੂਤੀ ਵੀ ਤੁਗਾ ਨੂੰ ਕਹਿੰਦੇ ਨੇ ਤੋ ਵੇਦਾਂ ਦੀਆਂ ਜਿਹੜੀਆਂ ਤੁਗਾ ਨੇ। ਇਸੇ ਤਰ੍ਹਾਂ ਭੂਪ ਬਾਨ ਬਾਨ ਕਾਲ ਛਾਡੇ ਤੋ ਫਿਰ ਜਿਹੜੇ ਜੰਗ ਦੇ ਮੈਦਾਨ ਵਿੱਚ ਵਿਵੇਕ ਵੱਲੋਂ ਰਾਜੇ ਨੇ ਉਹਨਾਂ ਨੇ ਭੂਪਾਸਤਰ ਤੇ ਕਾਲ ਅਸਤਰ ਆਦਿਕ ਛੱਡੇ ਹਨ। ਬਾਨ ਬਾਨ ਕਾਲ ਛੱਡ ਬਾਨ ਕਲਾ ਛੱਡੇ ਇਸ ਤਰੀਕੇ ਨਾਲ ਪਾਠ ਹੈ ਤੇ ਬੀੜਾਂ ਦੇ ਵਿੱਚ ਬਾਨ ਕਾਲ ਪਾਠ ਵੀ ਦੇਖਿਆ ਗਿਆ ਹੈ। ਸਭੀ ਨਿਜ ਨਿਜ ਮਾਇਆ ਜਾਲ ਛੇ ਹਾਂ ਭੂਪ ਬਾਨ ਜਿਹੜੇ ਭੂਪਤ ਰਾਜੇ ਨੇ ਉਹਨਾਂ ਵੱਲੋਂ ਭੂਪ ਅਸਤਰ ਛੱਡੇ ਗਏ ਹਨ ਤੇ ਇਸੇ ਤਰ੍ਹਾਂ ਬਾਨ ਕਲਾ ਤੇ ਬਾਨ ਕਲਾ ਦਾ ਅਰਥ ਹੈ ਵੀ ਸ਼ਕਤੀ ਵਾਲੇ ਤੀਰ ਉਹ ਛੱਡੇ ਨੇ ਜੰਗ ਦੇ ਮੈਦਾਨ ਵਿੱਚ। ਕਲਾ ਨਾਮ ਆਦਿ ਸ਼ਕਤੀ ਦਾ ਹੈ, ਆਦਿ ਸ਼ਕਤੀ ਵੱਲੋਂ ਤੀਰ ਜਿਹੜੇ ਛੱਡੇ ਗਏ ਨੇ ਉਹ ਬਾਨ ਕਲਾ। ਇਸ ਤਰੀਕੇ ਨਾਲ ਅਰਥ ਸਮਝਣਾ ਹੈ। ਸਭੀ ਨਿਜ ਨਿਜ ਮਾਇਆ ਜਾਲ ਛੇ ਹਾਂ ਸਾਰਿਆਂ ਨੇ ਆਪੋ ਆਪਣੀ ਮਾਇਆ ਦੇ ਜਾਲ ਅਨੁਸਾਰ ਛੱਡਣਾ ਕੀਤੇ ਨੇ ਤੀਰ ਆਦਿਕ। ਮਚੀਲੋ ਸਪਰਦਾ ਦਾਰੁਣ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੇ ਸੂਰਮੇ ਨੇ ਵਿਵੇਕ ਤੇ ਅਵਿਵੇਕ ਦੇ ਉਹਨਾਂ ਵਿੱਚ ਸਪਰਦਾ ਈਰਖਾ ਦਾਰਨ ਡਰਾਉਣੀ ਮਚੀਲੋ ਮੱਚੀ ਹੈ। ਬ੍ਰਿਧ ਬੈਰ ਭਾਵਨਾ ਦੋ ਦੀਗੇ ਹਾਂ ਬ੍ਰਿਧ ਮੈਨੇ ਬਹੁਤੀ ਵੈਰ ਭਾਵਨਾ ਦੇ ਨਾਲ ਦੋਨਾਂ ਨੇ ਤੀਰ ਆਦਿਕ ਦੀਪੋ ਚਲਾਏ ਨੇ। ਮਾਰ ਮਾਰ ਕਥਾ ਸਭੀ ਕਹੇ ਹਾਂ ਸਾਰੇ ਕਹਿੰਦੇ ਨੇ ਮਾਰ ਲੋ ਮਾਰ ਲੋ, ਏਦਾਂ ਦਾ ਵਿਖਿਆਨ ਸਾਰੇ ਜੰਗ ਦੇ ਮੈਦਾਨ ਵਿੱਚ ਕਰਦੇ ਪਏ ਨੇ। ਵੱਡੋ ਸਾਲ ਛੇ ਹਾਂ ਜਿੱਥੇ ਬਹੁਤਾ ਵੱਡਾ ਦੁੱਖ ਹੈ ਜੰਗ ਦੇ ਮੈਦਾਨ ਦੇ ਵਿੱਚ। ਇਹ ਮੋਹਨ ਕਿਕ ਹੋਏ ਲੋ ਨਾ ਹਾਂ ਸਤਿਗੁਰੂ ਕਹਿੰਦੇ ਵੀ ਇਹ ਜੋ ਮੋਹਨ ਆਸਤਰ ਜਿਹਦੇ ਵਿੱਚ ਚੱਲੇ ਹੈ ਨਾ ਐਸਾ ਜਿਹੜਾ ਜੰਗ ਹੈ ਕਿਕ ਮੈਨੇ ਕਿਵੇਂ ਵੀ ਹੋਏ ਲੋ ਨਾ, ਇਹ ਹੋਇਆ ਨਹੀਂ ਇਹ ਕਿਵੇਂ ਵੀ ਇੱਦਾਂ ਜਾਣੋ ਵੀ ਕਦੇ ਹੋਇਆ ਹੀ ਨਹੀਂ ਹੈ। ਦਾਰਨ ਸਮਰ ਪਰਲੈ ਜਿਹੜਾ ਦਾਰਨ ਡਰਾਉਣਾ ਤੇ ਪਰਲੇ ਵਾਲਾ ਸਮਰ ਕਹੀਏ ਜੰਗ ਹੈ। ਨਾਰੇ 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 ਮਨ ਬਾਣੀ ਇਸੇ ਤਰ੍ਹਾਂ ਕਰਮਾਂ ਕਰਕੇ ਇਸੇ ਤਰ੍ਹਾਂ ਮਨ ਤਨ ਬਾਣੀ ਕਰਮਾਂ ਕਰਕੇ ਕਹਿੰਦੇ ਹੈ ਕਦੇ ਨਹੀਂ ਹੋਇਆ ਕਦੇ ਨਹੀਂ ਹੋਇਆ ਕਦੇ ਨਹੀਂ ਹੋਇਆ ਕਦੇ ਨਹੀਂ ਹੋਇਆ ਐਸਾ ਜੰਗ। ਮੰਡਿਓ ਭਾਰਤ ਦੋ ਦੀਗੇ ਕਾਲ ਛੇ ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਜੰਗ ਦੇ ਮੈਦਾਨ ਦੇ ਵਿੱਚ ਸੂਰਮੇ ਮੰਡਿਓ ਕੁੱਦੇ ਨੇ ਤੇ ਦੋ ਦੀਗੇ ਕਾਲ ਛੇ
काल मौत वर्गे दोनों ही दीगे मैंने दिसदे हन। शालियो सिंध मेर हालियो ए जंग नूं वेख करके समुंदर ने भी उछाले मारे ने, समेर पर्वत भी हिल गया है। नौका सर धरती हां नौका बेड़ी दे समान धरती भी हिली है, जिवें समुंदर दे विच बेड़ी हुंदी है इवें पानी विच धरती खलोती है। चारो दिग हाल चालियो चारे ही पासे दियां जो दिशावां ने उन्हां विच भी हलचली फैल गई है। भारत विवेक को ऐसा विवेक ते अविवेक दा भारत जंग होया है। सुनो संत बंद मीता हे संतो संबंधियो मित्रो ए कथा सुननी करो। श्री सर्वलोह समर गीता श्री सर्वलोह भगवान दी जो जंग दी ए गीता ही मैं तुहानू सुना रहा हां। भगवान कृष्ण वांग पठै सुनै मुख पावै जेड़ा पढ़ेगा सुनेगा वो मुक्ति को पावेगा। श्रवण मनन चरित्र हां इहदे विच श्रवण ते मनन ते ऐसा जेड़ा बख्यान है निध्यासन करना है जां पठे सुने मुख पावे जिहड़ा इहनू पढ़ेगा सुनेगा वो मुक्ति पावेगा। ये श्रवण मनन चरित्र जिहड़ा ये विवेक अविवेक दे चरित्र नूं श्रवण करेगा मनेगा निध्यासन करेगा सकल पावन विवेक को हां जिहड़ा ये विवेक दा सारा ही जंग है कथा है इहदा कोई श्रवण मनन निध्यासन करेगा ਉਹ ਮੋਖ ਮੁਕਤੀ ਨੂੰ ਪਾਵੇਗਾ ਜਿਹੜਾ ਪੜ੍ਹੇਗਾ ਸੁਣੇਗਾ। ਸ਼ੁਰਾਕਾਰ ਭੱਲਾਕਾਰ ਚੰਦਰਾਕਾਰ ਚੱਕਰਾਕਾਰ ਸਿਲੀ ਮੁਖ ਹਾਂ ਸ਼ੁਰੇ ਦੇ ਆਕਾਰ ਦਾ ਭੱਲੇ ਦੇ ਆਕਾਰ ਦਾ ਚੰਦਰਮਾ ਆਕਾਰ ਦਾ ਚੱਕਰ ਆਕਾਰ ਦਾ ਤਿੱਖੀ ਨੋਕ ਵਾਲੇ ਤੀਰ ਆਦਿ ਚੱਲੇ ਨੇ। ਬਿਖਤਰ ਦਾਰਨ ਮਰਾਰ ਮਾਰੀ ਸੇਖ ਗੋ ਬਿਖਤਰ ਮੈਨੇ ਹੁੰਦਾ ਇਹ ਵੀ ਜ਼ਹਿਰੀਲੇ ਤੀਰ ਦਾਰਨ ਡਰਾਉਣੇ ਚੱਲੇ ਨੇ ਤੇ ਮਰਾਰੋ ਮਾਰੀ ਤੇ ਮਰਾਰੋ ਦਾ ਅਰਥ ਹੁੰਦਾ ਵੀ ਮਾਰ ਲੋ ਤੇ ਮਾਰੀ ਦਾ ਅਰਥ ਹੈ ਮਾਰੀ ਜਾਂਦੇ ਨੇ ਸੇਖ ਮੈਨੇ ਹੋਰ ਤੋ ਮਰਾਰ ਮਾਰੀ ਮਾਰ ਲੋ ਗੋ ਕਹਿੰਦੇ ਨੇ ਤੇ ਸੇਖ ਹੋਰ ਜਿਹੜੇ ਨੇ ਉਹ ਮਾਰੀ ਜਾਂਦੇ ਨੇ ਹੋਰਨਾਂ ਦੇ ਤਾਂ ਹੀ ਤੋ ਅਰਥ ਵੇਲੇ ਮਰ ਅਰੋ ਮਰ ਅਰੋ ਵੈਰੀਆਂ ਨੂੰ ਮਾਰੋ ਵੈਰੀਆਂ ਨੂੰ ਮਾਰੋ ਗੋ ਕਹਿੰਦੇ ਨੇ ਤੇ ਸੇਖ ਹੋਰ ਉਹ ਜਿਹੜੇ ਨੇ ਜੰਗ ਦੇ ਮੈਦਾਨ ਵਿੱਚ ਇੱਕ ਦੂਜੇ ਨੂੰ ਮਾਰੀ ਗਈਏ ਮਾਰੀ ਜਾਂਦੇ ਹਨ। ਵਜਤ ਮਿਰਦੰਗ ਬੀਨ ਤੋ ਬੀਨਾ ਮਿਰਦੰਗ ਆਦਿਕ ਵੱਜਦੇ ਪਏ ਹਨ। ਖਾਂਜਰੀ ਘੰਟ ਸੰਖ ਨਾਦ ਮਧੁਰ ਹਾਂ ਖਾਂਜਰੀ ਇਹ ਵੀ ਇੱਕ ਵਾਜੇ ਦਾ ਨਾਮ ਹੈ ਘੰਟ ਸੰਖ ਮਧੁਰ ਮਿੱਠੇ ਮਿੱਠੇ ਨਾਦ ਵਾਜ ਆਉਂਦੀ ਹੈ ਵਾਜਿਆਂ ਦੀ ਜਦੋਂ ਵਾਜੇ ਵੱਜਦੇ ਨੇ। ਉਪੰਗ ਵਾਜੈ ਸੈਨਾ ਮੱਧੇ ਪੇਖ ਗੋ ਉਪੰਗ ਇੱਕ ਨਸਤਰੰਗ ਨੂੰ ਕਹਿੰਦੇ ਨੇ ਇਹ ਵਾਜਾ ਵੱਜਦਾ ਹੈ ਸੈਨਾ ਮੱਧੇ ਸੈਨਾ ਕਹੀਏ ਜੰਗ ਦੇ ਮੈਦਾਨ ਦੇ ਫੌਜ ਦੇ ਮੱਧੇ ਕਹੀਏ ਵਿੱਚ ਪੇਖ ਗੋ ਮੈਨੇ ਵੇਖਿਆ ਜਾਂਦਾ ਹੈ ਇਹ ਸਾਰਾ ਕੁਝ ਹੁੰਦਾ ਹੋਇਆ। ਦੋ ਦੀਗੇ ਢੋਲ ਵੱਜੈ ਦੀਗੇ ਮੈਨੇ ਦਿਸ਼ਾਵਾਂ ਦੋਨਾਂ ਹੀ ਦਿਸ਼ਾਵਾਂ ਵਿੱਚ ਢੋਲ ਆਦਿਕ ਵੱਜਦੇ ਪਏ ਹਨ। ਦੋ ਸੈਨਾ ਵੀਰ ਗਾਜੈ ਦੋਨਾਂ ਹੀ ਪਾਸਿਆਂ ਵਿੱਚ ਸੂਰਮੇ ਗੱਜਦੇ ਪਏ ਹਨ। ਸਮਰ ਬਿਰਾਜਾ ਜੋਧਾ ਜੰਗ ਦੇ ਮੈਦਾਨ ਵਿੱਚ ਯੋਧੇ ਬਿਰਾਜਮਾਨ ਨੇ ਸੈਨਾ ਸੰਗ ਸੂਰ ਗੋ ਸੈਨਾ ਸੰਗ ਸੂਰ ਗੋ ਤੇ ਜਿਹੜੀ ਫੌਜ ਹੈ ਉਹ ਸੂਰਮਿਆਂ ਦੇ ਨਾਲ ਇਕੱਠੀ ਹੋਈ ਪਈ ਹੈ ਜੰਗ ਦੇ ਮੈਦਾਨ ਦੇ ਵਿੱਚ। ਆਸ਼ੇ ਆਸ਼ੇ ਤੁਰੇ ਹਸਤੀ ਸਤਿਗੁਰੂ ਸਾਹਿਬ ਜੀ ਕਹਿੰਦੇ ਚੰਗੇ ਤਰੀਕੇ ਨਾਲ ਉਹ ਹਾਥੀ ਆਦਿਕ ਤੁਰਦੇ ਪਏ ਹਨ। ਤੁਰੇ ਮੈਨੇ ਘੋੜੇ ਤੇ ਹਸਤੀ ਮੈਨੇ ਹਾਥੀ ਚੰਗੇ ਚੰਗੇ ਢੰਗਾਂ ਨਾਲ ਸਜੇ ਹੋਏ ਹਨ। ਸਯੰਤ ਆਸ਼ੇ ਰਤੀ ਭਲੇ ਹਾਂ ਸਯੰਤ ਮੈਨੇ ਰਥ ਵੀ ਆਸ਼ੇ ਚੰਗੇ ਸਜੇ ਨੇ ਤੇ ਭਲੀ ਪ੍ਰਕਾਰ ਰਥਾਂ ਵਾਲੇ ਵੀ ਸਜੇ ਹੋਏ ਨੇ। ਪਾਇਕ ਦੁਰੰਤ ਨੀਕੋ ਸਾਇਕ ਦੁਰੰਤ ਨੀਕੋ ਜਿਹੜੇ ਤੀਰ ਜਿਨ੍ਹਾਂ ਨੂੰ ਤੋੜਨਾ ਕਠਿਨ ਹੈ
ਉਹ ਵੀ ਚੰਗੇ ਤਕੜੇ ਮਜ਼ਬੂਤ ਕੋਲ ਨੇ ਸੂਰਮਿਆਂ ਦੇ ਸ਼ੈਲ ਆਸ਼ੇ ਗੁੜ ਗੋ ਹਾਂ ਸ਼ਹਿਰ ਛਬੀਲੇ ਨੌਜਵਾਨ ਜਿਹੜੇ ਨੇ ਉਹ ਵੀ ਚੰਗੇ ਸਜੇ ਹੋਏ ਤੇ ਗੁੜ ਮੈਨੇ ਭਾਰੀ ਤੇ ਗੋ ਮੈਨੇ ਕਹੇ ਜਾਂਦੇ ਨੇ ਇਸ ਤਰੀਕੇ ਦੇ ਸੂਰਮੇ ਹਨ ਤਿੱਖੇ ਤਿੱਖੇ ਬਾਣ ਦਾਰੁਣ ਤਿੱਖੇ ਤਿੱਖੇ ਬਹੁਤੇ ਡਰਾਉਣੇ ਤੀਰ ਆਦਿਕ ਹਨ ਸਨਾਸਨ ਅੰਗ ਬੇਦੇ ਹਾਂ ਜਦੋਂ ਚੱਲਦੇ ਨੇ ਸਨਾਸਨ ਦੀ ਆਵਾਜ਼ ਕਰਦੇ ਹੋਏ ਤੇ ਅੰਗ ਪ੍ਰਤੰਗ ਬੇਦੇ ਵਿੰਨੀ ਜਾਂਦੇ ਨੇ ਲਾਗਤ ਤਜਤ ਪ੍ਰਾਣ ਹਾਂ ਜਿਹਨੂੰ ਜਾ ਕਰਕੇ ਤਿੱਖੇ ਤੀਰ ਲੱਗਦੇ ਨੇ ਉਹ ਪ੍ਰਾਣ ਛੱਡੀ ਜਾ ਰਿਹਾ ਹੈ ਸੂਰਮਾ ਆਪ ਰੂੜ ਗੋ ਹਾਂ ਜਿਹੜੇ ਸੂਰਮੇ ਆਪ ਸਮੁੱਚੇ ਰੂੜ ਗਈਏ ਸੁੰਦਰ ਗੋ ਮੈਨੇ ਚਲੇ ਗਏ ਨੇ ਜੰਗ ਦੇ ਮੈਦਾਨ ਵਿੱਚ ਜਾਂ ਇਸ ਸੰਸਾਰ ਨੂੰ ਛੱਡ ਕੇ ਪਰ ਲੋਕ ਨੂੰ ਚਲੇ ਗਏ ਨੇ ਜਿਹਨਾਂ ਨੂੰ ਤੀਰ ਆਦਿਕ ਵੱਜੇ ਹਨ ਮਾਰ ਮਾਰ ਡਾਕੇ ਸਭੀ ਮਾਰ ਲੋ ਕਰਕੇ ਸਾਰੇ ਇੱਕ ਦੂਜੇ ਨੂੰ ਡਾਕੇ ਮੈਨੇ ਡਾਂਟਦੇ ਪਏ ਨੇ ਏਕ ਸਮਰ ਹਾਕੇ ਤਾਕੇ ਜੰਗ ਦੇ ਮੈਦਾਨ ਵਿੱਚ ਹਾਕੇ ਵਕਾ ਵੰਗਾਰਦੇ ਨੇ ਇੱਕ ਪਾਸੇ ਸੂਰਮੇ ਤਾਕੇ ਬਿਟਰ ਬਿਟਰ ਔਖੇ ਔਖੇ ਵਹਿੰਦੇ ਹਨ ਮਾਰ ਮਾਰ ਦ੍ਰਿਸ਼ਟ ਮਾਰ ਲੋ ਹਰੇਕ ਦ੍ਰਿਸ਼ਟੀ ਤੋਂ ਬੋਲਦੇ ਪਏ ਨੇ ਸੂਤਰ ਕੋਰੋ ਨਿਜ ਹੂੜ ਗੋ ਸੂਤਰ ਮਰਿਆਦਾ ਕਰਕੇ ਕੋਰੋ ਅੰਨੇ ਨੇ ਕਈਆਂ ਨੂੰ ਜੰਗ ਦੀ ਮਰਿਆਦਾ ਦਾ ਪਤਾ ਹੀ ਕੋਈ ਨਹੀਂ ਮਰਿਆਦਾ ਕਰਕੇ ਕੋਰੋ ਅੰਨੇ ਨੇ ਕੋਰੇ ਨੇ ਤੇ ਨਿਜ ਹੂੜ ਗੋ ਆਪਣੀ ਮੂਰਖਤਾ ਦੇ ਨਾਲ ਹੀ ਗੋ ਕਹੀ ਜਾਂਦੇ ਨੇ ਜੋ ਉਹਨਾਂ ਦੇ ਮੂੰਹ ਆਉਂਦਾ ਹੈ ਤੀਖੇ ਤੀਖੇ ਬਾਣ ਦਾਰੁਣ ਸਨਾਸਨ ਅੰਗੋ ਬੇਦੇ ਲਾਗਤ ਤਜਤ ਪ੍ਰਾਣ ਸੂਰਮਾ ਭਰੂੜ ਗੋ ਮਾਰ ਮਾਰ ਡਾਕੇ ਸਭੀ ਏਕ ਸਮਰ ਹਾਕੇ ਤਾਕੇ ਮਾਰ ਮਾਰ ਦ੍ਰਿਸ਼ਟ ਸੂਰਤ ਕੋਰੋ ਨਿਜ ਹੂੜ ਗੋ ਪੰਚਕ ਇੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।